ਵਧੀਆ ਹੁੰਦਾ ਸੀ ਤੁਹਾਡੇ ਹੀ ਸੀ ਕਿੱਦਾਂ ਦੀ ਕੀ ਗੱਲ ਹੋਈ ਜੇ ਤੁਸੀਂ ਕਾਂਗਰਸ ਦਾ ਹੱਥ ਮਹਾਰਾਜਾ ਅਮਰਿੰਦਰ ਸਿੰਘ ਜੀ ਅਤੇ ਉਹ ਸਾਰਾ ਕੈਪਟਨ ਸਾਹਿਬ ਦਾ ਪਰਿਵਾਰ ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਮੇਰੇ ਪਿਤਾ ਜੀ ਮਹਾਰਾਜਾ ਸਾਹਿਬ ਦੇ ਨਾਲ ਸੰਬੰਧਿਤ ਸੀਗੇ ਉਹਨਾਂ ਨਾਲ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ 1985 'ਚ ਮਹਾਰਾਜਾ ਸਾਹਿਬ ਨੇ ਸੰਧੂ ਸਾਹਿਬ ਨੇ ਇਕੱਠੇ ਇਲੈਕਸ਼ਨ ਲੜੀ ਇਕੱਠੇ MLA ਬਣੇ ਅਤੇ ਜਦੋਂ ਸਰ ਸੁਰਜੀਤ ਸਿੰਘ ਬਟਾਲਾ ਦੀ ਸਰਕਾਰ ਸੀਗੀ ਅਤੇ ਉਹਨਾਂ ਨੇ ਪੁਲਿਸ ਜਿਹੜੀ ਦਰਬਾਰ ਸਾਹਿਬ 'ਚ ਭੇਜੀ ਸੀ ਤਾਂ ਉਦੋਂ ਜੋ 27 MLA ਛੱਡ ਕੇ ਆਏ ਸੀਗੇ ਤਾਂ ਉਹਨਾਂ 'ਚ ਮਹਾਰਾਜ ਸਾਹਿਬ ਦੇ ਨਾਲ ਮੇਰੇ ਪਿਤਾ ਜੀ ਸਰ ਜਸਦੇਵ ਸਿੰਘ ਸੰਧੂ ਵੀ ਆਏ ਅਤੇ ਹੋਰ ਵੀ ਸਮੇਂ ਸਮੇਂ 'ਤੇ ਮਹਾਰਾਜ ਸਾਹਿਬ ਨਾਲ ਉਹਨਾਂ ਨੂੰ ਵੀ ਅਤੇ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸੰਧੂ ਸਾਹਿਬ ਗੱਲ ਕਰੀਏ ਤੁਹਾਡੀ ਫੈਮਿਲੀ ਮੈਟਰ ਸੀ, ਤੁਹਾਡੀ ਫੈਮਿਲੀ ਵਾਲੇ ਰਿਲੇਸ਼ਨ ਸੀ ਅਕਾਲੀ ਦਲ ਵੱਲ ਅਤੇ ਲੇਕਿਨ ਕਾਂਗਰਸ ਨੂੰ ਆਉਣ ਤੋਂ ਕਿਆ ਕਿਉਂਕਿ ਨਾਰਾਜ਼ਗੀ ਸੀ ਅਕਾਲੀ ਦਲ ਤੋਂ ਕੀ ਉਹਨਾਂ ਦੀ ਰਣਨੀਤੀ ਤੋਂ ਸੰਤੁਸ਼ਟ ਨਹੀਂ? ਇਸ ਤਰ੍ਹਾਂ ਸਮਾਂ ਆ ਗਿਆ ਸੀ ਕਿ ਉਹਨਾਂ ਨੇ ਜੋ ਪੁਰਾਣੇ ਟਕਸਾਲੀ ਪਰਿਵਾਰ ਸੀਗੇ ਉਹਨਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਐਂਡ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਸਵਾਲ ਉਠਾ ਰਹੇ ਹੋ ਵੀ ਉਹਨਾਂ ਨੇ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ, ਪਹਿਲਾਂ ਤੁਸੀਂ ਕਿਉਂ ਨਹੀਂ ਸਵਾਲ ਚੁੱਕੇ? ਨਹੀਂ, ਕਾਫੀ ਦੇਰ ਵੇਟ ਕੀਤਾ ਕਿ ਉਹ ਆਪਣੀ ਜਿਹੜੀ ਵਰਕਿੰਗ ਨੂੰ ਠੀਕ ਕਰਨ, ਜੋ ਲੋਕਾਂ ਦੀ ਭਾਵਨਾਵਾਂ ਹੈ ਉਹਦੇ ਹਿਸਾਬ ਦੇ ਨਾਲ ਚੱਲਣ, ਅਤੇ ਪਰ ਕੋਈ ਸੁਧਾਰ ਆ ਨਹੀਂ ਰਿਹਾ ਸੀ। ਬ੍ਰਹਮਪੁਰਾ ਜੀ ਅਲੱਗ ਹੋਏ, ਸੇਖਾਂ ਸਾਹਿਬ ਅਲੱਗ ਹੋਏ, ਅਜਨਵਾਲਾ ਸਾਹਿਬ ਅਲੱਗ ਹੋਏ, ਉਹਨਾਂ ਨੇ ਅਕਾਲੀ ਦਲ ਟਕਸਾਲੀ ਬਣਾਈ। ਤੁਹਾਡੇ ਪਿਤਾ ਜੀ ਵੀ ਟਕਸਾਲੀ ਲਈ ਜਾਣੇ ਜਾਂਦੇ ਸੀ, ਤੁਸੀਂ ਟਕਸਾਲੀ ਦਲ ਜੀ ਕਿਉਂ ਗਏ, ਕਾਂਗਰਸ 'ਚ ਕਿਉਂ ਆਏ? ਨਹੀਂ, ਸਾਡਾ ਪੁਰਾਣਾ ਸੰਬੰਧ ਸੀਗਾ ਮਹਾਰਾਜ ਸਾਹਿਬ ਨਾਲ ਅਤੇ ਉਹਨਾਂ ਦੀ ਵਰਕਿੰਗ ਨੂੰ ਦੇਖਿਆ ਹੋਇਆ ਸੀ ਅਤੇ ਸਾਨੂੰ ਕੋਈ ਅਲੱਗ ਮਹਿਸੂਸ ਨਹੀਂ ਹੋਇਆ ਉਹਨਾਂ ਨਾਲ ਨਾਲ ਜਾਣ ਵਾਸਤੇ। ਕੋਈ ਸੀਟ ਦੀ ਹੋਰ ਵੀ ਹੋਈ ਤੁਹਾਨੂੰ? ਮੈਂ ਅਨਕੰਡੀਸ਼ਨਲ ਮਹਾਰਾਜ ਸਾਹਿਬ ਨੂੰ ਜੁਆਇਨ ਕੀਤਾ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ। ਮੈਂ ਮਹਾਰਾਜ ਸਾਹਿਬ ਨੂੰ ਅਤੇ ਪਾਰਟੀ ਨੂੰ ਜਿਹੜਾ ਹੈਗਾ ਮਜ਼ਬੂਤ ਕਰਨਾ ਅਤੇ ਮਹਾਰਾਣੀ ਸਾਹਿਬ ਦੇ ਨਾਲ ਜੋ ਹੁਣ ਇਲੈਕਸ਼ਨ ਆ ਰਹੀ ਹੈ ਲੋਕ ਸਭਾ ਦੀ ਉਹਦੇ 'ਚ ਨਾਲ ਚੱਲ ਕੇ ਪੂਰਾ ਅਤੇ ਮੇਰੇ ਜਿੰਨੇ ਮੇਰੇ ਨਾਲ ਦੇ ਸਾਥੀ ਆ ਉਹਨਾਂ ਨੂੰ ਪੂਰਾ ਡਰ ਕੇ ਚੱਲਾਂਗੇ ਅਤੇ ਵੱਡੇ ਮਾਰਜਨ ਦੇ ਨਾਲ ਅਸੀਂ ਉਹਨਾਂ ਨੂੰ ਲੋਕ ਸਭਾ 'ਚ ਜਿੱਤਾਂ। ਕਿੰਨਾ ਕੁ ਫਰਕ ਪੈ ਸਕਦਾ, ਕਿੰਨੀ ਕੁ ਟੱਕਰ ਵੱਧ ਸਕਦੀ ਤੁਹਾਡੇ ਨਾਲ ਪਾਰਟੀ 'ਚ ਸ਼ਾਮਿਲ ਹੋਣ ਨਾਲ? ਇਹਨੂੰ ਸਮੇਂ ਨਾਲ ਤੁਹਾਨੂੰ ਆਪਣੇ ਪਤਾ ਲੱਗ ਜੂ। 9 MLA ਦੇ ਹਲਕੇ ਪਟਿਆਲਾ ਪਾਰਲੀਮੈਂਟ ਪੈਂਦੇ ਆ ਅਤੇ ਸਾਰੇ ਹਲਕਿਆਂ 'ਚ ਹੀ ਸਾਡਾ ਜਿਹੜਾ ਮੇਰੇ ਪਿਤਾ ਜੀ ਦਾ ਅਤੇ ਮੇਰਾ ਸਹਿਚਾਰ ਹੈਗਾ।